नमस्कार किसान भाइयों, आप सभी का स्वागत है YouTube चैनल फार्मिंग प्रो पे। आज हम हमारे जो ये मक्खन सिंह ये जो पट्टे काट रहे हैं, इनसे बात करेंगे कि इन्हें ये काम करते हुए कितना समय हो गया। मक्खन सिंह आला अपने दर्शकों को कुछ क्या बोलो। हाँ जी, हाँ कुछ बोल दर्शकों भी, कितना टाइम हो गया तेनु काम कर दिया। मैंने भी 25 साल हो गए काम कर दिया। अच्छा, ते अपने तेनु कितना टाइम हो गया इत्थे? हो गए 5-6 महीने हो गए। अच्छा, किवें लग रहा काम करके? काम वधिया चली जांदा। अच्छा, जच रहा काम पूरा? हाँ पूरा। अच्छा, पहला किथे काम करता सी? किन्ने रुपए दे दिंदा सेठ? 70 रुपए दे दिंदा हैगा। ओ 30,000 रुपया लिया सी। कमरे कमरे पाए सी आप दे, बहुत वधिया काम चल गया। अच्छा, ਹੁਣ ਵੀ ਨਾ ਨਹੀਂ ਕਰਦਾ, ਹੁਣ ਵੀ ਦੇ ਦਿੰਦਾ ਪੈਸੇ। ਠੀਕ ਹੈ, ਅਤੇ ਕੰਮ ਕੁੰਮ ਕੀ ਕੰਮ ਹੁੰਦਾ ਖੇਤ 'ਚ? ਖੇਤ 'ਚ ਝੋਨੇ 'ਤੇ ਹੀ ਹੈ, ਝੋਨਾ ਬੜਾ ਵਧੀਆ ਖੜਾ ਹੈਗਾ। ਅੱਛਾ, ਜਦੋਂ ਦਾ ਮੈਂ ਆਇਆ ਤਾਂ ਬਹੁਤ ਖਾਲੇ ਖੁਲੇ ਸਾਫ਼ ਕੀਤੇ, ਬੜਾ ਵਧੀਆ ਕੀਤੀ ਦੇ ਹੈ। ਕਿੰਨੇ ਕਿੱਲੇ ਪੈਲੀ ਸੰਭਲਵਾਉਂਦਾ ਤੇਰੇ ਤੋਂ? ਮੇਰੇ ਕੋਲ 35 ਕਿੱਲੇ ਹੈਗੀ। 35 ਕਿੱਲੇ ਪੂਰੇ? ਹਾਂ। ਅੱਛਾ, ਅਤੇ ਕੰਮ ਔਖਾ ਤਾਂ ਨਹੀਂ ਲੱਗਦਾ ਜ਼ਿਆਦਾ? ਨਾ ਕੋਈ ਔਖਾ ਨਹੀਂ। ਮੈਂ ਸੁਣਿਆ ਸੀ ਕੱਲ੍ਹ ਤੇਰੀ ਅੱਖ ਖਰਾਬ ਹੋ ਗਈ। ਹਾਂ, ਅੱਖ ਤਾਂ ਹੋ ਗਈ ਸੀ, ਕੁਛ ਪੈ ਗਿਆ ਸੀ ਕਚਰਾ ਕਚਰਾ। ਅੱਛਾ, ਸਹੀ ਕਰਾ ਲਿਆ। ਅਤੇ ਹੁਣ ਅੱਖ ਚੱਲ ਗਿਆ। ਕਿੰਨਾ ਖਰਚਾ ਪਾਣੀ ਆ ਗਿਆ? 200 ਰੁਪਈਆ ਆ ਗਿਆ ਸੀ ਸਾਰਾ। ਅੱਛਾ, ਕੱਲ੍ਹ ਦੀ ਤੇਰੀ ਛੁੱਟੀ ਸੀ ਹੈ ਨਾ? ਹਾਂ। ਉਹ ਫਿਰ ਛੁੱਟੀ ਕੱਟਾਂਗੇ ਤੇਰੀ? ਕੋਈ ਨਹੀਂ, ਕੱਟ ਲੈਣਗੇ। ਅੱਛਾ, ਹੋਰ ਸੁਣਾ ਕੋਈ ਨਵੀਂ ਤਾਜ਼ਾ? ਹੋਰ ਠੀਕ ਠਾਕ, ਵਧੀਆ। ਹੈਂ, ਹੋਰ ਠੀਕ ਆ। ਦੇਖੀਏ ਫਿਰ ਹੁਣ।